ਪਹਿਲੇ ਜ਼ਮਾਨਾ ਕਦੀਮ ਵਿੱਚ ਹੁੰਨੀ ਚੰਗਾ ਔ ਥਲਾ ਛਲਾ ਉਸਨਾ ਮਜ਼ਬੂਤ ਹੋਣਾ ਐ ਸੋਣਾ ਸਹੀ ਮਸਤ ਕਿਸਮ ਦੀ ਹੁੰਨੀ ਉਹ ਉਹ ਕਿਤਰਾ ਨਹੀਂ ਖਰੀਆ ਸਾਫ ਸੱਚਿਆ ਤੇ ਸੁੱਚਿਆ ਅਸਲਾਮੁਅਲੈਕਮ ਜਨਾਬ ਜੀ ਕੀ ਹਾਲੀ ਜੀ ਠੀਕ ਹੋ ਰਾਜੀ ਪਾਜੀ ਹੋ ਘਰ ਪਰ ਸਭ ਖੈਰ ਖਰੀਏ ਤੇ ਮਾਸ਼ਾਅੱਲਾ ਜੀ ਸਰਦੀਆਂ ਚ ਪੈ ਵਿੰਨੀਆਂ ਪੈਨੀਆਂ ਤੇ ਗਰਮੀਆਂ ਵੀ ਆਨੀਆਂ ਤੇ ਪੈਰ ਅਗਰ ਤੁਸੀਂ ਨਾ ਸਕੂਨੇ ਵਿੱਚ ਰਹਿ ਸੀ ਨਾ ਤੇ ਗਰਮੀਆਂ ਬੜੀਆਂ ਖੁਸ਼ਹਾਲ ਗੁਜ਼ਰ ਹੋਈਆਂ ਤੇ ਸਰਦੀਆਂ ਚ ਇਸੇ ਤਰ੍ਹਾਂ ਪੈ ਰਿਹਾ ਵੀ ਬੜਾ ਖਿਆਲ ਰੱਖਣਾ ਪੈਣਾ ਉਸਾ ਗਰਮ ਕਰਨਾ ਪੈਣਾ ਤੇ ਗਰਮੀਆਂ ਵਿੱਚ ਉਸਾ ਠੜਾ ਕਰਨਾ ਪੈਣਾ ਠੀਕ ਹੈ ਜੀ ਦੁਕਾਨਾ 'ਚ ਬੈਠਾ ਪ ਤੇ ਜ਼ਰਾ ਇਹਨਾਂ ਨਾਲ ਗੱਪਸ਼ਪ ਮਾਰਨੇ ਆ ਪੂਰੀ ਵੀਡੀਓ ਵੇਖਿਓ ਕਮੈਂਟ ਵਿੱਚ ਆਪਣੀ رائے ਵੀ ਦੇਈਓ ਦੇਈਓ ਤੇ ਇਸ ਵੀਡੀਓ ਆ ਹੋ ਸਕੇ ਤੇ ਸ਼ੇਅਰ ਵੀ ਕਰਨਾ ਅਸਲਾਮ ਅਲੈਕਮ ਵਾਲੇਕ ਸਲਾਮ ਸਰ ਜਨਾਬ ਕੀ ਨਾਮ ਹੈ ਅਬਦੁਲ ਅਜ਼ੀਜ਼ ਜੀ ਤੇ ਕਿੰਨੇ ਟਾਈਮ ਤੂੰ ਖੇੜੀਆਂ ਨਾਲ ਕੰਮ ਪੇ ਕਰਨੇ ਤਕਰੀਬਨ 33 ਸਾਲ ਤੋਂ ਪੇ ਕਰਨੇ ਜੀ ਤਰੀ ਸਾਲ ਤੋਂ ਪੇ ਕਰਨ ਨੂੰ ਖੇੜੀਆਂ ਆਪ ਬਣਾਨੇ ਹੋ ਜਾਂ ਬਣੀਆਂ ਬਣਾਈਆਂ ਕਿਨ ਕਿਨ ਨਹੀਂ ਸਰ ਅਸੀਂ ਜੰਗੀਰੂ ਚ ਮੰਗਾਨੇ ਆ ਚਰਸਾ ਦੇ ਤੋਂ ਮੰਗਾਨੇ ਆ ਪਸ਼ਾਵਰ ਨਾਲ ਮਾਲ ਵੇਚਨੇ ਜਿਆਦਾ ਆਪ ਕਿਉਂ ਨਹੀਂ ਬਣਾਨੇ ਨਹੀਂ ਅਸੀਂ ਨਾ ਕੰਮ ਨਹੀਂ ਕਰਨੇ ਅਸੀਂ ਸਿਰ ਵੇਚਣ ਦਾ ਕੰਮ ਕਰਨੇ ਆ ਅੱਛਾ ਕਦੇ ਆਪ ਬਣਾ ਸੋ ਤੇ ਤੁਸਾਂ ਕੋਲ ਜਿਆਦਾ ਪੈਸੇ ਆ ਸੁਣ ਆਸਨ ਲੈ ਕੇ ਕੰਮ ਤਜਰਬਾ ਹੀ ਨਹੀਂ ਹੈ ਕਾਮੀ ਅਸੀਂ ਸ਼ੁਰੂ ਤੋਂ ਦੁਕਾਨਦਾਰੀ ਅਸੀਂ ਕੀਤੀ 3 ਸਾਲ ਤੋਂ ਕੰਮ ਵੇਚਣ ਕਰਨੇ ਮਾਸ਼ਾਅੱਲਾ ਤੇ ਖੜੀਆਂ ਚ ਮਾਦਾ ਸੁ ਕਿੰਨੀ ਕੁ ਜਿਸਮਾ ਨਹੀਂ ਹੈ ਇਸ ਟਾਈਮ ਮਾਰਕੀਟ ਵਿੱਚ ਖੜੀਆਂ ਬਹੁਤ ਕਿਸਮਾਂ ਚਰਸਾ ਦਾ ਚੱਪਲ ਆ ਰਹੀ ਹੈ ਕਪਤਾਨ ਚੱਪਲ ਆ ਰਹੀ ਹੈ ਨਰੋਜੀ ਆ ਰਹੀ ਹੈ ਬਹੁਤ ਕਿਸਮਾਂ ਚੱਪਲੀਆਂ ਰਾਕਟ ਚੱਪਲੀ ਹੈ ਬਹੁਤ ਕਿਸਮਾਂ ਨੇ ਰੇਡ ਸ਼ੇਡ ਦੇ ਮੁਤਲਕ ਮਜ਼ਰਾਤ ਰੇਡ ਮੋਸਰ ਨੂੰ ਪਾਈ ਜਨ 100% ਜਿਸ ਨੇ ਵੈਰਾਈਟੀ ਹੋ ਜੇ ਪੈਸੇ ਕਾਟ ਤੋਂ ਕਾਟ ਕਿਤਨਾ ਹੀ ਮਿਲਵਿੰਦੀ ਤਕਰੀਬਨ 7-800 ਰੁਪਏ ਨਹੀਂ ਵੀ ਆਵੇ ਤੇ ਮਹਿੰਗੀ ਮਹਿੰਗੀ ਤਕਰੀਬਨ ਅਸਾ ਕੋਲ 2

1800 ਤੱਕ ਸੇਲ ਕਰ ਜਿਹੜੀ ਪਹਿਲੇ ਪਹਿਲੇ ਜ਼ਮਾਨਾ ਕਦੀਮ ਵਿੱਚ ਹੋਣੀ ਹੈ ਚੰਗਾ ਹੋ ਥਲਾ ਛਲਾ ਉਸ ਨਾਲ ਮਜ਼ਬੂਤ ਹੋਣਾ ਹੈ ਸੋਹਣਾ ਸਹੀ ਮਸਤ ਕਿਸਮ ਨਹੀਂ ਹੋਣੀ ਹੈ ਉਹ ਉਹ ਕਿਤਨਾ ਨਹੀਂ ਉਹ ਵੀ ਤਕਰੀਬਨ 2000 ਰੁਪਏ ਨਹੀਂ ਆਵੇ ਤੇ ਖੁੱਲੀ ਵੀ ਚਾਪਲ ਹੋਣੀ ਹੈ ਇੱਕ ਜਿਹੜੀ ਗੱਡ ਵਾਲੀ ਚਾਪਲ ਹੋਣੀ ਹੈ ਉਹ ਵੀ ਹੋਣਾ ਆਵੇ ਉਹ ਅਜ਼ਰਨ ਚਾਪਲ ਹੋਣੀ ਹੈ ਕਿ ਨਾਲ ਕਰਨੀ ਹੈ ਮੰਗਾਣੇ ਪਿਆ ਨਹੀਂ ਹੈ ਨਾ ਖਤਮ ਹੋਈ ਦੀ ਖਤਮ ਹੋ ਗਈ ਨਾ ਦਸ ਮਾਲ ਇਨਸ਼ਾ ਅੱਲਾਹ ਆ ਜਾਂਦੀ ਉਹ ਵੀ ਤਕਰੀਬਨ 2000 ਰੁਪਏ ਨਹੀਂ ਸੋਕਤ ਆਵੇ ਤੇ ਇਹ ਜਿਹੜੇ ਤੇਲੇ ਵਾਲੀ ਖੇੜੀ ਆਣੀ ਹੈ ਗੱਡ ਵਾਲੀ ਤੇਲੇ ਵਾਲੀ ਖੇੜੀ ਇਹ ਕਿਤਨਾ ਨਹੀਂ ਹੋਣੀ ਤਕਰੀਬਨ 2500 ਰੁਪਏ ਨਹੀਂ 2000 ਕਿਸਮ ਦੋ ਕਿਸਮ ਨਹੀਂ ਆਣਾ ਇੱਕ 2000 ਨਹੀਂ ਇੱਕ 2500 ਰੁਪਏ ਨਹੀਂ ਹੈ ਅੱਛਾ ਤੇ ਇਸ ਦੀ ਪਹਿਚਾਨ ਕੋਈ ਟੈਕਨੀਕਲੀ ਦੱਸੋ ਪਹਿਚਾਨ ਕਿਸ ਤਰ੍ਹਾਂ ਬਸ ਤਰ ਗੰਗ ਚਪੋਲੇ ਸਾ ਹਜ਼ਰ ਛਾਤੀ ਚਵਾ ਹਜ਼ਰ ਚਪਲੀ ਹੋਣੀ ਮਸ਼ਹੂਰ ਹੋਣੀ ਜ਼ਿਆਦਾ ਹੁਣ ਅੱਜ ਕੱਲ ਤਰ ਗੰਗ ਤੋਂ ਆ ਰਹੀ ਹੈ ਮਾਸ਼ਾਅੱਲਾ ਜੀ ਚਪਲ ਜਿਹੜੀ ਹੈ ਕਿ ਤੁਸਾਂ ਨੇ ਪਰਸਨੈਲਿਟੀ ਆ ਕਾਫੀ ਸਾਰਾ ਨਿਖਾਰ ਕੇ ਕਿਨਕੇ ਆਣਨੀ ਹੈ ਔਰ ਗਰਮੀਆਂ ਵੀ ਪਿਆਨੀਆਂ ਤੇ ਬਿਹਤਰੀਨ ਕਿਸਮ ਦੀ ਚਪਲ ਆ ਇਸਤੇਮਾਲ ਕਰਨਾ ਚਾਹੀਦਾ ਪੈਰ ਅਗਰ ਤੁਸਾਂ ਨੇ ਸੁਖੇ ਚੋਸੀ ਨਾ ਤੇ ਤੁਸਾਂ ਨੇ ਪੂਰੀ ਨਾ ਪੂਰੀ ਬਾਡੀ ਸੁਖੇ ਚਰਾਨੀ ਹੈ ਇਸੀ ਤਰ੍ਹਾਂ ਨੀਅਨ ਇਨਫੋਰਮੇਟਿਵ ਔਰ ਦਿਲਚਸਪ ਕਿਸਮ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੁਸੀਂ ਅਸਾਂ ਦੇ ਪੇਜ ਆ ਲਾਈਕ ਕਰੋ ਫਾਲੋ ਕਰੋ ਕਮੈਂਟ ਨੇ ਵਿੱਚ ਆਪਣੀ ਰਾਏ ਵੀ ਜ਼ਰੂਰ ਦੇਣੀ ਹੈ ਮਿਲਣਾ ਹੈ ਨੈਕਸਟ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਫੀ ਅਮਾਨਿਲਾ ਪਾਕਿਸਤਾਨ ਜ਼ਿੰਦਾਬਾਦ